ਗੁਲਸ਼ਰ ਭਾਈ ਅੱਜ ਤੁਹਾਨੂੰ ਅਸੀਂ ਮੁਖਤਲਿਫ ਕੰਪਨੀਆਂ ਦੇ ਨਾ ਸਨੈਕ ਖਵਾਉਣੇ ਆ ਫਲੇਮਿੰਗ ਹੌਟ ਮਿਰਚਾਂ ਖਾ ਕੇ ਦੱਸਣੀਆਂ ਕਿ ਤੇਲ ਮਿਰਚ ਕਿਹੜੀ ਹੈਗੀ ਇਹਦੇ 'ਚ ਬੜਾ ਸਖ਼ਤ ਇਮਤਿਹਾਨ ਲੈ ਰਹੇ ਮੇਰੇ ਤੋਂ ਤੁਸੀਂ ਅੱਜ ਫਿਰ ਫਲੇਮਿੰਗ ਹੌਟ ਸਪੈਸੀ ਦਾ ਮੁਕਾਬਲਾ ਆ ਗਿਆ ਉਸ ਦਿਨ ਮੈਂ ਬੜੀ ਮੁਸ਼ਕਲ ਬਚਿਆ ਮਰਦਾ ਮਰਦਾ ਅਤੇ ਚਲੋ ਮੁਕਾਬਲਾ ਫਿਰ ਕਰ ਲਵਾਂਗਾ ਕੋਈ ਐਸੀ ਗੱਲ ਨਹੀਂ ਪੇਸ਼ ਕਰੋ ਤਾਂ ਠੀਕ ਹੈ ਲੇਕਿਨ ਮੈਂ ਜੱਜ ਤਾਂ ਬਣ ਗਿਆ ਲੇਕਿਨ ਖਾਣੀ ਤਾਂ ਮੇਰੇ 'ਚ ਹੀ ਹੈ ਨਾ ਅੱਜ ਖਾ ਕੇ ਦੱਸਾਂਗਾ ਨਾ ਕਿ ਇਹਨੂੰ ਕਿੰਨੇ ਨੰਬਰ ਦੇਣੇ ਨੇ ਉਂਝ ਤਾਂ ਨਹੀਂ ਨਾ ਦੇ ਸਕਦਾ ਅਤੇ ਮਿਰਚਾਂ ਤਾਂ ਮੈਨੂੰ ਵੀ ਖਾਣੀਆਂ ਪੈਣੀਆਂ ਨੇ ਅੱਛਾ ਜੀ ਇਹਦਾ ਨਾਂ ਕੀ ਹੈ ਜੀ ਡਿਡੀਟੋਸ ਡਿਡੀਟੋਸ ਕਰਾਰੇ ਪਾਪੜੇ ਠੀਕ ਹੈ ਬਿਲਕੁਲ ਲਾਲੋ ਲਾਲ ਹੋਇਆ ਖਾ ਕੇ ਬੰਦਾ ਅੱਖੀਆਂ ਬਲਕਿ ਚਿਹਰਾ ਹੀ ਲਾਲੋ ਲਾਲ ਗੱਲ ਛੱਡਦਾ ਮੇਰਾ ਮੁਕਾਬਲਾ ਤੁਹਾਨੂੰ ਕਰਦਾ ਬੰਦੋਬਸਤ ਬਿਸਮਿਲ੍ਲਾਹਿ ਰਹਿਮਾਨ ਡੀ ਟੋਸਟ ਮੈਂ ਲੱਗਾ ਹੀ ਖਾਣ ਮਿਰਚਾਂ ਨਾ ਲੱਗਣ ਇਹਦੇ ਵਿੱਚ ਕਾਲੀਆਂ ਮਿਰਚਾਂ ਅਤੇ ਲਾਲ ਮਿਰਚਾਂ ਮਿਕਸ ਕਰਕੇ ਨਾ ਉਹਨਾਂ ਨੇ ਪਾਈਆਂ ਬਰਾਲ ਜੀ ਮੁਲਕਣਾ ਟੈਪ ਹੈਗਾ ਜਦੋਂ ਜੀ ਮੈਂ ਸਮਝਿਆ ਸੀ ਨਾ ਕਿ ਜਿਹੜਾ ਪਹਿਲੇ ਸਪੈਸੀ ਖੋਇਆ ਸੀ ਉਹਦੇ ਤੋਂ ਹਲਕਾ ਹੈਗਾ ਯਕੀਨ ਕਰੋ ਮਿਰਚ ਤਾਂ ਹੈ ਮਿਰਚ ਹੀ ਆਹਰ ਹੁੰਦੀ ਹੈ ਅਤੇ ਬਾਕੀ ਖੂਬ ਮਿਰਚ ਹੈ ਪਹਿਲੋਂ ਤਾਂ ਮੈਂ ਇੰਝ ਲੱਗਿਆ ਜਿਵੇਂ ਫਿੱਕਾ ਹੀ ਆ ਲੇਕਿਨ ਬਾਅਦ 'ਚ ਮਿਰਚਾਂ ਲੱਗਣੀਆਂ ਸ਼ੁਰੂ ਹੋਈਆਂ ਲੇਕਿਨ ਇੰਨੀ ਤੇਜ਼ ਮਿਰਚ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਇਹਦੇ 'ਚ ਇਹਦਾ ਕਲਰ ਹੈ ਨਾ ਜਿਵੇਂ ਤੇਜ਼ ਤੁਹਾਨੂੰ ਦੇਖ ਕੇ ਤੁਹਾਨੂੰ ਜੀ ਡਰ ਲੱਗ ਰਿਹਾ ਕਿ ਅੱਗ ਨਿਕਲਦੀ ਪਈ ਹੈ ਉਸ ਸਾਈਡਾਂ ਇਹਨੂੰ ਤਾਂ ਮੈਂ ਦੱਸਾਂ ਜੋ 10 ਨੰਬਰ ਹੀ ਦਿੰਦਾ ਬਹੁਤ ਲੰਬੇ ਚਾਹੀਦੇ ਸਪੈਸੀ ਹੈ ਨਾ ਨਹੀਂ ਜੀ ਮਿਰਚਾਂ ਤੇਜ਼ ਨੇ ਜੀ ਆਸੇ ਆਸੇ ਜਿਵੇਂ ਜਿਵੇਂ ਅੰਦਰ ਜਾ ਰਿਹਾ ਉਵੇਂ ਉਵੇਂ ਖੂਨ ਗਰਮ ਹੁੰਦਾ ਜਾ ਰਿਹਾ ਮਿਰਚਾਂ ਤੇਜ਼ ਨੇ 10 'ਚੋਂ 9 ਨੰਬਰ ਜੀ ਕਿਉਂਕਿ ਮਿਰਚ ਫੁੱਲ ਤੇਜ਼ ਹੈ ਇਹਨੂੰ ਜੀ 10 ਦੇ ਵਿੱਚੋਂ ਅਤੇ 9 ਨੰਬਰ ਇਹਨੂੰ ਦਿੱਤੇ ਜਾਂਦੇ ਆ ਠੀਕ ਹੈਗਾ ਇਹਨੂੰ ਅਸੀਂ ਇਨਾਮ ਨੰਬਰ ਦਿੰਦੇ ਹਾਂ 7 ਔਰ ਯਕੀਨ ਕਰੋ ਕਿ ਪਾਪੜ ਵੀ ਵਿਚਾਰਾ ਕਹਿੰਦਾ ਹੋਏਗਾ ਦੇਖੋ ਮੇਰੇ 'ਤੇ ਕੀ ਮਲ ਦਿੱਤਾ ਇਹਨਾਂ ਨੇ ਇਹ ਤਾਂ ਜਨਾਬ ਉਹ ਸਾਡੀ ਆਲੂ ਦੀ ਚਿਪਸ ਨਹੀਂ ਜਿਵੇਂ ਲੇਜ਼ ਮਿਲਦੇ ਤਾਂ ਉਹ ਹੈਗੇ ਨੇ ਆਲੂ ਵਾਲੀ ਚਿਪਸ ਲੇਜ਼ ਕੰਪਨੀ ਵੀ ਚੈੱਕ ਕਰ ਲੈਂਦੇ ਸੁਰਖ ਮੇਰੇ ਚ ਲਾਈ ਨੇ ਜੀ ਕਿਆ ਬਾਤ ਹੈ ਬਹੁਤ ਤੇਜ਼ ਹੈਗੀ ਆ ਵੀ ਉਹ ਤੇਜ਼ ਮਿਰਚ ਹਲਕੀ ਥੋੜ੍ਹੀ ਲੇਕਿਨ ਹੈ ਮਿਰਚਾਂ ਹੈ ਵੀ ਜਾਬਰ ਕਿਸਮ ਦੀਆਂ ਇਹ ਮਿਰਚ ਕੋਈ ਇੰਨੀ ਤੇਜ਼ ਨਹੀਂ ਜਾਣੀ ਕਿ ਖਾਓ ਨਾ ਤੁਸੀਂ ਤੁਹਾਨੂੰ ਮਿਰਚ ਇੰਨੀ ਮਹਿਸੂਸ ਨਹੀਂ ਹੈਗੀ ਥੋੜ੍ਹੀ ਥੋੜ੍ਹੀ ਆਰਾਮ ਨਾਲ ਖਾਂਦੇ ਰਹੇ ਕਿ ਪੀਸ ਕੱਢ ਕੇ ਸਿੱਧਾ ਦੇਖੋ ਜਨਾਬ ਇਹ ਮਜ਼ੇਦਾਰ ਕਰਕਦੇ ਨੇ ਸਪੈਸੀ ਹਲਕੀ ਹਲਕੇ ਕੇ ਖੱਟੇ ਨੇ ਜਿਵੇਂ ਖੱਟਾ ਲੂਣਾ ਜ਼ੈਕਾ ਦਾ ਆ ਰਿਹਾ ਬਾਕੀ ਆਲੂ ਚੰਗੇ ਨੇ ਆਲੂ ਵੈਸੇ ਬੜੀ ਸ਼ਰੀਫ ਸਬਜ਼ੀ ਹੁੰਦੀ ਹੈ ਆਲੂ ਨਾਲ ਕਦੀ ਲੜਾਈ ਨਾ ਕਰਨਾ ਇਹਦਾ ਨੰਬਰ ਮੈਂ ਤੁਹਾਨੂੰ 7 ਨੰਬਰ ਦਿੰਦਾ ਜੀ ਇਹਨੂੰ ਜੀ 10 ਦੇ ਵਿੱਚੋਂ 4 ਨੰਬਰ ਮਿਲ ਸਕਦੇ ਨੇ ਮਿਰਚ ਬਹੁਤ ਘੱਟ ਹੈਗੀ ਇਹਦੇ 'ਚ ਇਹਦੇ 10 'ਚੋਂ 8 ਨੰਬਰ ਇਹਦਾ ਜਨਾਬ 6 ਨੰਬਰ ਦੇ ਦਿੰਦੇ ਮੈਂ ਆਪਣੇ ਹਿਸਾਬ ਨਾਲ ਦੱਸ ਰਿਹਾ ਕਿਉਂਕਿ ਬੱਚਿਆਂ ਵਾਸਤੇ ਨੁਕਸਾਨ ਦੇਵੇ ਬੱਚੇ ਨਾ ਇਹਨੂੰ ਖਾਣ ਜੇ ਸਾਡੇ ਲੋਕ ਖਾ ਸਕਦੇ ਨੇ ਮਿਰਚ ਨਹੀਂ ਪਰ ਬਰਦਾਸ਼ਤ ਬੱਚੇ ਦਾ ਮੈਦਾ ਨਾਜ਼ੁਕ ਹੁੰਦਾ ਅੱਛਾ ਜੀ ਇਹ ਹੈਗੇ ਨੇ ਕੁਰਕੁਰ ਇਹ ਵੱਟੋ ਵੱਟ ਹੋਏ ਪਏ ਨੇ ਲਓ ਜੀ ਇਹ ਤਾਂ ਹੈਗੀਆਂ ਜੇ ਕੁੱਕਰ ਦੀਆਂ ਲੱਤਾਂ ਕੀ ਮਤਲਬ ਇਹ ਮਤਲਬ ਤੁਹਾਨੂੰ ਨਹੀਂ ਸਮਝਾ ਦਿੰਦੇ ਦੇਖੋ ਨਾ
ਕੁਰਕੁਰੇ ਤੁਹਾਡਾ ਭਲਾ ਮਿਰਚਾਂ ਵੀ ਬਣੀਆਂ ਨੇ ਇਹਦੇ ਉੱਤੇ। ਓਏ 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 ਗੱਲ ਹੋਈ ਨਾ, ਇਹਨੂੰ ਆਮ ਬੰਦਾ ਵੀ ਖਾ ਸਕਦਾ, ਨੋਰਮਲ ਇਨਸਾਨ ਵੀ ਖਾ ਸਕਦਾ। ਪਤਾ ਨਹੀਂ ਜੀ ਕਿਸ ਤਰ੍ਹਾਂ ਖਾ ਲੈਂਦੇ ਨੇ, ਯਕੀਨ ਕਰੋ ਕਿ ਇਹ ਦੇਖੋ ਮੈਂ ਤਾਂ ਉਹਦੇ ਕੋਲੋਂ ਦੂਰ ਹੀ ਹਟਣਾ ਚਾਹ ਰਿਹਾ ਸਾਂ। ਇਹਦਾ ਭਾਅ ਬਿਲਕੁਲ ਹਲਕੀਆਂ ਸਪੈਸੀ ਮਿਰਚਾਂ ਨੇ, ਨਮਕ ਹੈਗਾ ਜਾਂ ਮਕਈ ਦਾ ਬਣਿਆ ਹੋਇਆ। ਇਹਦੇ 'ਚ ਜਿਹੜੀ ਮਿਰਚ ਹੈ ਨਾ ਹਲਕੀ ਨਹੀਂ ਹੈਗੀ, ਨਾ ਤੇਜ਼ ਨਹੀਂ ਹੈਗੀ, ਦਰਮਿਆਨੀ ਮਿਰਚ ਹੈਗੀ ਹੈ। ਵੈਸੇ ਵੀ ਅਸੀਂ ਪੰਜਾਬੀ ਲੋਕ ਹਾਂ, ਮਿਰਚਾਂ ਤੇਜ਼ ਖਾਣ ਵਾਲੇ, ਅਤੇ ਸਾਡੇ ਵਾਸਤੇ ਇੰਨੀਆਂ ਮਿਰਚਾਂ ਨਹੀਂ ਨੇ। ਅਤੇ ਮੈਂ ਇਹਨੂੰ ਇਸ ਕਰਕੇ 10 ਦੇ ਵਿੱਚੋਂ ਮੈਂ ਇਹਨੂੰ ਦੇ ਰਿਹਾ ਵਾਂ 6 ਨੰਬਰ। ਅਤੇ ਇਹਨੂੰ 10 ਦੇ ਵਿੱਚੋਂ ਨਾ ਜੀ 5 ਨੰਬਰ ਦਿੱਤੇ ਜਾਂਦਾ। ਇਹਦਾ ਜਨਾਬ ਨੰਬਰ ਨੇ 6। ਇਹ ਕੁੱਕੜ ਦੀਆਂ ਲੱਤਾਂ ਜਿਹੜੀਆਂ ਨੇ ਨਾ, ਮੈਂ ਤਾਂ ਚਾਹੁੰਦਾ ਇਹਨੂੰ 10 ਵਿੱਚੋਂ 10 ਹੀ ਦੇ ਦਿਓ, ਇਹ ਕਿਉਂਕਿ ਇੱਕ ਤੋਂ ਇੱਕ ਵੱਧ ਕੇ ਹੀ ਹੈਗਾ ਜੇ ਭਲਵਾਨ। ਇਹਨਾਂ ਨਾਲ ਸੈਸੀ ਜਿਹੜਾ ਨਾ ਕੁਸ਼ਤੀ ਨਹੀਂ ਘੁੱਲ ਸਕਦੇ, ਇਹਨਾਂ ਕੋਲੋਂ ਮਾਫੀ ਚੰਗੀ ਜੇ। ਅਤੇ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰੋ, ਬੈਲ ਆਇਕਨ ਦਬਾਓ, ਦੋਸਤਾਂ ਨੂੰ ਸ਼ੇਅਰ ਕਰਿਆ ਕਰੋ। ਆਪਣਾ ਢੇਰ ਸਾਰਾ ਖਿਆਲ ਰੱਖਣਾ ਇਨਸ਼ਾਅੱਲਾ ਤਾਲਾ। ਦੁਬਾਰਾ ਮੁਲਾਕਾਤ ਹੋਏਗੀ, ਸਾਨੂੰ ਇਜਾਜ਼ਤ ਦੇਵੋ ਤੁਸੀਂ, ਅੱਲਾ ਹਾਫਿਜ਼। ਯਕੀਨ ਕਰੋ ਕਿ ਮਿਰਚਾਂ ਨੇ ਮੇਰੇ ਕੰਨਾਂ 'ਚੋਂ ਵੀ ਧੂੰਏ ਕੱਢ ਦਿੱਤੇ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੁਣ। ਉਹ ਮੇਰੇ ਕੋਲ ਚੀਜ਼ ਨਹੀਂ ਗਈ ਜਿਹਦੇ ਨਾਲ ਮੈਂ ਤੁਹਾਨੂੰ ਉਹ ਧੂੰਆਂ ਦਿਖਾ ਦਿੰਦਾ।